ਤੁਹਾਡੇ ਕੋਲ ਲੋਕ ਜਿਹੜੇ ਹੈਗੇ ਆ ਬੜੇ ਮਕਿ ਇੰਡੀਆ ਤੋਂ ਜੁੜੇ ਜੁੜੇ ਆ, ਵਿਦੇਸ਼ਾਂ ਦੇ ਵਿੱਚ ਵੀ ਤੁਹਾਡੇ ਨਾਲ ਲੋਕ ਕਾਫੀ ਜੁੜੇ ਆ, ਕੀ ਖਾਸੀਅਤ ਹੈ? ਇਹਦਾ ਐਨੀ ਕੰਮ ਦੀ ਕੁਆਲਿਟੀ, ਆਪਣੀ ਡੀਲਿੰਗ ਜੀ, ਬਾਕੀ ਬੁਲਟ ਹੈ ਕੈਬ ਦੀ ਚੀਜ਼ ਆਈ, ਇਹ ਫੋਲਡ ਇਜ਼ ਗੋਲਡ ਜੀ ਜੀ ਜੀ, ਇਹ ਬੁਲਟ ਵੀ ਸਦਾਬਹਾਰ ਚੀਜ਼ ਆਈ। ਕਿਹੜੇ ਸਨ ਤੋਂ ਤੁਸੀਂ ਚਾਲੂ ਕਰਦੇ ਆ, ਤੁਹਾਡੇ ਫਾਦਰ ਸਾਹਿਬ ਸੀਗੇ ਜਾਂ ਕਦੋਂ ਕੀਤਾ? ਸਾਡੇ 1970 ਤੋਂ ਕੰਮ ਕੀਤਾ ਸਟਾਰਟ ਹੀ ਜੀ ਜੀ ਜੀ, ਹਾਂ ਮੈਂ ਸਨ 2000 ਦੇ ਵਿੱਚ ਕੰਮ ਸਟਾਰਟ ਕੀਤਾ ਜੀ ਜੀ ਜੀ। ਜਿਹੜੀ ਖਾਸੀ ਤੁਹਾਡੀ ਕੀ ਜੇ ਸਪੇਅਰ ਪਾਰਟ ਵਗੈਰਾ ਉਹ ਤੁਸੀਂ ਫਿਰ ਆਪ ਹੀ ਲਿਆਉਂਦੇ ਆ ਜਾਂ ਤੁਸੀਂ ਬਾਹਰੋਂ ਕਸਟਮਰ ਕਸਟਮਰ ਦੀ ਜਿਵੇਂ ਚੋਇਸ ਹੁੰਦੀ ਹੈ, ਕਈ ਕਸਟਮਰ ਕਹਿੰਦੇ ਆਪ ਲੈ ਕੇ ਆਉਣਾ ਉਹ ਆਪ ਲਿਆ ਸਕਦਾ ਜੀ, ਬਾਕੀ ਆਪਣੇ ਕੋਲ ਇਹ ਚੀਜ਼ ਜੈਨੂਅਨ ਪਾਰਟ ਸਾਰਾ ਅਵੇਲੇਬਲ ਹੁੰਦਾ ਜੀ। ਜਿਹੜੇ ਵਿਦੇਸ਼ਾਂ ਦੇ ਵਿੱਚ ਕਿੱਥੇ ਕਿੱਥੇ ਜਾਂਦੇ ਤੁਹਾਡੇ ਵਹੀਕਲ? ਆਪਣੇ ਕੈਨੇਡਾ ਭੇਜੇ ਜੀ ਮੋਟਰਸਾਈਕਲ, ਅਮੈਰੀਕਾ ਭੇਜੇਗਾ ਮੋਟਰਸਾਈਕਲ। ਅੱਛਾ ਜੀ, ਸਰਵਿਸ ਵਾਲਾ ਕੋਈ ਆਪਾਂ ਇੰਜਨ ਦਾ ਕੰਮ ਕਰਨਾ ਜੀ, ਇਹਨਾਂ ਨੂੰ ਕੋਈ ਟਾਈਮ ਦਿਆ, ਕਿਸੇ ਨੂੰ 20 ਦਿਨਾਂ ਦਾ ਟਾਈਮ ਦਿਆ, ਕਿਸੇ ਨੂੰ ਮਹੀਨੇ ਦਾ ਟਾਈਮ ਦਿੱਤਾ ਜੀ। ਬਾਕੀ ਕਸਟਮਰ ਦੀ ਕਈ ਚੋਇਸ ਨੇ, ਕੋਈ ਕਹਿੰਦਾ ਵੀ ਜਲਦੀ ਕੰਮ ਕਰਾਉਣਾ, ਉਹਨੂੰ ਕਹਿੰਦੇ ਕੋਲ ਬੈਠ ਕੇ ਕਰਾਓ ਕੰਮ ਤੁਸੀਂ। ਗੁਣ ਜਿਹੜੇ ਹੈਗੇ ਆ, ਗੁਣ ਤੁਸੀਂ ਕਿੱਥੋਂ ਲਏ ਫਾਦਰ ਸਾਹਿਬ ਤੋਂ ਲਏ? ਮੈਂ ਸਟਾਰਟਿੰਗ ਮੈਂ ਸਨ 2000 ਦੇ ਵਿੱਚ ਜਦੋਂ ਸ਼ੋਪ 'ਤੇ ਆਇਆ ਜੀ 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 ਜੀ, ਮੈਂ ਫਾਦਰ ਸਾਹਿਬ ਤੋਂ ਸਿੱਖਿਆ ਹੀ ਕੰਮ। ਉਹਨਾਂ ਦੀ ਵਧੀਆ ਨੇਚਰ ਸੀ, ਉਹਨਾਂ ਦੀ ਮੈਂ ਕੰਮ ਜਲਦੀ ਮੈਨੂੰ ਸਿੱਖ ਵੀ ਆਪ ਦੀ ਸ਼ੋਪ ਸੀ, ਇਸ ਕਰਕੇ ਕੰਮ ਜਲਦੀ ਸਿੱਖ ਗਏ, ਕਿਉਂਕਿ ਮੈਨੂੰ ਸ਼ੌਂਕ ਸੀ ਵੀ ਮੈਂ ਬੁਲਟ ਦਾ ਕੰਮ ਹੀ ਕਰਨਾ ਬਸ। ਪਹਿਲੀ ਵਾਰੀ ਆਏ ਹੋ ਕਿ ਨਹੀਂ ਜੀ? ਬਾਈ ਤੋਂ ਕੰਮ ਕਰਾਇਆ ਸੀ ਬੁਲਟ ਦਾ ਇੰਜਨ ਦਾ। ਅੱਛਾ ਜੀ, ਅੱਗੇ ਵੀ ਕਰਾਉਂਦੇ ਨੇ? ਅੱਗੇ ਵੀ ਕਰਾਉਂਦੇ। ਤੇ ਉੱਥੇ ਵੈਸੇ ਤੁਹਾਡੇ ਮੋਟਰਸਾਈਕਲ ਵਾਲੇ ਮਿਸਤਰੀ ਤਾਂ ਬਹੁਤ ਹੋਣਗੇ ਇੱਥੇ ਮੁਕਤਸਰ? ਮਿਸਤਰੀ ਤਾਂ ਬਹੁਤ ਹੈ, ਪਰ ਤਸੱਲੀ ਇੱਥੇ ਆ ਕੇ ਹੁੰਦੀ ਹੈ। ਨਮਸਕਾਰ, ਅੱਜ ਅਸੀਂ ਪਹੁੰਚੇ ਹਾਂ ਕੋਟਕਪੂਰਾ ਮੇਹਰ ਬੁਲਟ ਵਰਕਸ਼ਾਪ ਦੇ ਵਿੱਚ, ਜਿਹੜੇ ਜੋ ਵਰਕਸ਼ਾਪ ਕੋਟਕਪੂਰਾ ਫਰੀਦਕੋਟ ਰੋਡ 'ਤੇ ਹੈ। ਸੋ ਇੱਥੋਂ ਦੇ ਮੋਟਰਸਾਈਕਲ ਜਿਹੜੇ ਕਹਿੰਦੇ ਆ ਤਿਆਰ ਕੀਤੇ ਜਾਂਦੇ ਆ ਬੜੇ ਅਲੱਗ ਤਰੀਕੇ ਨਾਲ, ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦੇ ਵੀ ਆ, ਔਰ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਇਹਨਾਂ ਕੋਲੋਂ ਰਿਪੇਅਰ ਕਰਵਾਉਣ ਵਾਸਤੇ ਵੀ ਆਉਂਦੇ ਆ। ਸੋ ਆਓ ਕਰਦੇ ਹਾਂ ਗੱਲਬਾਤ, ਗੁਰਪ੍ਰੀਤ ਵੀਰ ਹੈ ਇੱਥੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਵਰਕਸ਼ਾਪ ਦੇ ਵਿੱਚ ਅਸੀਂ ਪਹੁੰਚੇ ਹਾਂ, ਔਰ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਸੱਜਣ ਜਿਹੜੇ ਹੈਗੇ ਇਹਨਾਂ ਤੋਂ ਕੰਮ ਕੁੰਮ ਕਰਾਉਣ ਵਾਸਤੇ ਵੀ ਆਏ ਆ। ਬਾਈ ਜੀ ਸਤਿ ਸ਼੍ਰੀ ਅਕਾਲ। ਸੋ ਗੁਰਪ੍ਰੀਤ ਜੀ ਨਾਲ ਗੱਲਬਾਤ ਕਰਦੇ ਹਾਂ ਅਸੀਂ, ਮਠਾੜੂ ਸਾਹਿਬ ਨਾਲ। ਮਠਾੜੂ ਸਾਹਿਬ, ਤੁਹਾਡਾ ਥੋੜ੍ਹਾ ਜਿਹਾ ਟਾਈਮ ਖਰਾਬ ਕਰਨਾ, ਬਸ ਗੱਲਬਾਤ ਕਰਨੀ ਹੈ, ਦਸਤਾਰ ਕਰ ਰਹੇ ਹਾਂ ਤੁਹਾਨੂੰ, ਅਤੇ ਬਸ ਤੁਹਾਡੇ ਗੱਲਬਾਤ ਕਰਨੀ ਸੀ ਕਿ ਮੋਟਰਸਾਈਕਲ ਜਿਹੜੇ ਹੈਗੇ ਆ ਬੜੇ ਫੇਮਸ ਹੋ ਤੁਸੀਂ, ਅਤੇ ਸਟੋਰੀਆਂ ਸਟੋਰੀਆਂ ਤੁਹਾਡੀਆਂ ਅਕਸਰ ਵੇਖੀ ਦੀਆਂ, ਅਤੇ ਕੀ ਖਾਸੀਅਤ ਹੈ ਜਿਹੜੀ ਤੁਹਾਡੇ ਕੋਲ ਲੋਕ ਜਿਹੜੇ ਹੈਗੇ ਆ ਬੜੇ ਮਕਿ ਇੰਡੀਆ ਤੋਂ ਜੁੜੇ ਜੁੜੇ ਆ, ਵਿਦੇਸ਼ਾਂ ਦੇ ਵਿੱਚ ਵੀ ਤੁਹਾਡੇ ਨਾਲ ਲੋਕ ਕਾਫੀ ਜੁੜੇ ਆ, ਕੀ ਖਾਸੀਅਤ ਹੈ? ਇਹਦਾ ਐਨੀ ਕੰਮ ਦੀ ਕੁਆਲਿਟੀ, ਆਪਣੀ ਡੀਲਿੰਗ ਜੀ, ਹਾਂ ਬਾਕੀ ਬੁਲਟ ਹੈ ਕੈਬ ਦੀ ਚੀਜ਼ ਆਈ, ਇਹ ਫੋਲਡ ਇਜ਼ ਗੋਲਡ ਜੀ ਜੀ ਜੀ, ਇਹ ਬੁਲਟ ਵੀ ਸਦਾਬਹਾਰ ਚੀਜ਼ ਆਈ ਜੀ। ਮੈਂ ਪਰਲੇ ਪਾਸੇ ਇਹਨਾਂ ਤੁਹਾਡੇ ਨਾਲ ਗੱਲ ਕਰਦਾ ਥੋੜ੍ਹੀ ਕੈਮਰੇ ਦੀ ਦਿੱਕਤ ਹੁੰਦੀ ਮੇਰੇ ਖਿਆਲ ਨੂੰ, ਅਤੇ ਬਿਲਕੁਲ ਬਿਲਕੁਲ ਸਦਾਬਹਾਰ ਹੈ ਕਿਉਂਕਿ ਸ਼ੁਰੂ ਤੋਂ ਹੀ ਕਾਮਯਾਬ ਰਿਹਾ ਬੁਲਟ ਮੋਟਰਸਾਈਕਲ। ਅਤੇ ਇਹ ਕਿਹੜੇ ਸਨ ਤੋਂ ਤੁਸੀਂ ਚਾਲੂ ਕਰਦੇ ਆ, ਤੁਹਾਡੇ ਫਾਦਰ ਸਾਹਿਬ ਸੀਗੇ ਜਾਂ ਕਦੋਂ ਕੀਤਾ? 1970 ਤੋਂ ਕੰਮ ਕੀਤਾ ਸਟਾਰਟ ਜੀ ਜੀ ਜੀ, ਹਾਂ ਉਸ ਤੋਂ ਮੈਂ ਸਨ 2000 ਦੇ ਵਿੱਚ ਕੰਮ ਸਟਾਰਟ ਕੀਤਾ ਜੀ ਜੀ ਜੀ। ਅਤੇ ਜਿਹੜੇ ਆਸ ਪਾਸ ਜਿਹੜੇ ਖੜ੍ਹੇ ਆ, ਤੁਹਾਡੇ ਕਸਟਮਰ ਹੈ, ਤੁਹਾਡੇ ਦੋਸਤ ਹੈ? ਕਸਟਮਰ ਹੈ ਸਾਰੇ, ਅਤੇ ਤਕਰੀਬਨ ਬਾਹਰੋਂ ਹੀ ਸਾਰੇ, ਕਿ ਮੈਨੂੰ ਇੱਥੋਂ ਤੱਕ ਲੱਗਦਾ ਨਹੀਂ, ਮੈਨੂੰ ਕੋਈ ਬਾਹਰੋਂ ਹੀ ਸਾ ਲੱਗਦੇ ਸਾਰੇ ਬਾਈ ਫੇਸ ਤਾਂ। ਬਾਕੀ ਕਸਟਮਰ ਕੋਈ ਫਿਰੋਜ਼ਪੁਰ ਤੋਂ ਆ, ਆ ਵੀਰ ਜੀ ਆਪਣੇ ਢਿਲਵਾਂ ਤੋਂ ਆ, ਆਪਣਾ ਫਰੈਂਡ ਹੀ ਆਪਣਾ ਲੋਕਲ ਇੱਥੋਂ ਜੀ 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 ਜੀ। ਅਤੇ ਜਿਹੜਾ ਇਹਦੇ ਵਿੱਚ ਜਿਹੜੀ ਖਾਸੀ ਤੁਹਾਡੀ ਕੀ ਜੇ ਸਪੇਅਰ ਪਾਰਟ ਵਗੈਰਾ ਉਹ ਤੁਸੀਂ ਫਿਰ ਆਪ ਹੀ ਲਿਆਉਂਦੇ ਆ ਜਾਂ ਤੁਸੀਂ ਬਾਹਰੋਂ ਕਸਟਮਰ ਕਸਟਮਰ ਦੀ ਜਿਵੇਂ ਚੋਇਸ ਹੁੰਦੀ ਹੈ, ਕਈ ਕਸਟਮਰ ਕਹਿੰਦੇ ਆਪ ਲੈ ਕੇ ਆਉਣਾ ਉਹ ਆਪ ਲਿਆ ਸਕਦਾ ਜੀ, ਬਾਕੀ ਆਪਣੇ ਕੋਲ ਇਹ ਚੀਜ਼ ਜੈਨੂਅਨ ਪਾਰਟ ਸਾਰਾ ਅਵੇਲੇਬਲ ਹੁੰਦਾ ਜੀ। ਜਿਸ ਤਰ੍ਹਾਂ ਲੋਕਾਂ ਨੂੰ ਤੁਹਾਡੇ 'ਤੇ ਤਸੱਲੀ ਆ ਕੰਮ ਕਰਾਉਣਾ, ਅਤੇ ਉਹ ਫਿਰ ਤੁਹਾਨੂੰ ਹੀ ਕਹਿੰਦੇ ਨੇ ਤੁਸੀਂ ਪਾ ਦਿਓ ਜੋ ਮਰਜ਼ੀ ਪਾ ਦਿਓ, ਬਸ ਤੁਹਾਡੇ 'ਤੇ ਯਕੀਨ। ਹਾਂਜੀ ਹਾਂਜੀ। ਅਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਕਿੱਥੇ ਕਿੱਥੇ ਜਾਂਦੇ ਤੁਹਾਡੇ ਵਹੀਕਲ? ਆਪਣੇ ਕੈਨੇਡਾ ਭੇਜੇ ਜੀ ਮੋਟਰਸਾਈਕਲ, ਅਮੈਰੀਕਾ ਭੇਜੇਗਾ ਫਿਰ ਮੋਟਰਸਾਈਕਲ। ਅੱਛਾ ਜੀ, ਹੁਣ ਵੀ ਮੋਟਰਸਾਈਕਲ ਕੋਈ ਹੈਗੇ ਜਿਹੜੇ ਤੁਸੀਂ ਵਿਦੇਸ਼ ਭੇਜਣਾ ਹੋਵੇ ਜਾਂ ਕੋਈ ਕੋਈ ਹੈਗਾ? ਇਹ ਬਾਈ ਜੀ ਆਪਣੇ ਢਿਲਵਾਂ ਕਲਾਂ ਤੋਂ ਜੀ ਜੀ ਜੀ, ਬੇਟੇ ਅਮੈਰੀਕਾ, ਇਹਨਾਂ ਨੇ ਇਸ ਮੋਟਰਸਾਈਕਲ ਕੀਤਾ ਮੋਡੀਫਾਈ ਜੀ 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 ਜੀ, ਹਾਂ ਸੋ ਮੋਟਰਸਾਈਕਲ ਕੀਤਾ ਦਿਖਾ ਦਿੰਦੇ, ਮੋਟਰਸਾਈਕਲ ਦਿਖਾ ਦਿਓ ਮਾੜਾ ਜਿਹਾ। ਕਿਹੜੀ ਜਗ੍ਹਾ ਭੇਜਣਾ ਤੁਸੀਂ? ਅਮੈਰੀਕਾ ਭੇਜਣਾ ਜੀ ਇਸੇ। ਅਮੈਰੀਕਾ 'ਚ? ਹਾਂਜੀ। ਅੱਛਾ, ਤਿਆਰ ਤੁਸੀਂ ਇਹਨਾਂ ਕੋਲੇ ਕਰਵਾਇਆ? ਇੱਥੋਂ ਲਿਆ, ਇਹਨਾਂ ਨੇ ਦਵਾਇਆ, ਇਹਨਾਂ ਨੇ ਤਿਆਰ ਕੀਤਾ ਸਾਰਾ। ਅੱਛਾ ਅੱਛਾ ਜੀ। ਅਤੇ ਅਮੈਰੀਕਾ ਦੇ ਵਿੱਚ ਤੁਹਾਡੇ ਬੱਚੇ ਇੱਥੇ? ਹਾਂਜੀ। ਅੱਛਾ ਜੀ, ਅਤੇ ਪਹਿਲਾਂ ਵੀ ਤੁਸੀਂ ਇਹਨਾਂ ਤੋਂ ਕੋਈ ਵਹੀਕਲ ਤਿਆਰ ਕਰਵਾਇਆ?
ਜਿਵੇਂ ਸਪੇਅਰ ਪਾਰਟ ਖੁਦ ਰੱਖਦੇ ਆ ਫਿਰ ਤੁਸੀਂ ਫਿਰ ਇਹਨਾਂ ਦੀ ਰਿਸਪੋਂਸੀਬਿਲਟੀ ਦੇਤੀ ਸਾਰੀ ਤੁਸੀਂ ਪਾਉਣਾ ਸਾਰਾ ਕੁਝ ਹਾਂ ਸਾਰਾ ਕੁਝ ਇਹਨਾਂ ਨੇ ਜਿਹੜੀ ਚੀਜ਼ ਨਹੀਂ ਸੀ ਉਹ ਲਿਆਂਦੀ ਅਸੀਂ ਬਾਹਰੋਂ ਜੀ ਬਾਕੀ ਤਰੀਬਨ ਸਾਰਾ ਇੱਥੇ ਪਿਆ ਜੀ ਬਸ ਜਿਵੇਂ ਹਾਰਨ ਹੁਰਨ ਵਗੈਰਾ ਇਹੋ ਜਿਹਾ ਬਾਈ ਕੋਲ ਨਹੀਂ ਬਾਕੀ ਸਾਰਾ ਕੁਝ ਇੱਥੇ ਪਿਆ ਕੀ ਫਿਰ ਮਨ ਖੁਸ਼ ਹੋ ਗਿਆ ਪੂਰਾ ਜੀ ਪੂਰਾ ਮਨ ਪੂਰਾ ਖੁਸ਼ ਹੋ ਗਿਆ ਪੂਰਾ ਕਿਉਂਕਿ ਕੋਈ ਲੱਗ ਕਹਿੰਦੇ ਨੇਗਾ ਕਿ 2005 ਮਾਡਲ ਹੋਊਗਾ ਇਹ ਨਹੀਂ ਕਹਿੰਦੇ ਪਿੰਡ ਨਹੀਂ ਸਾਨੂੰ ਕੋਈ ਕਹਿੰਦਾ ਜੀ ਹਾਂ ਪਿੰਡ ਲਗਾਇਆ ਕਿਸੇ ਨੂੰ ਕਿਹਾ ਤੇ ਇਹਦੇ 'ਚ ਜਿਹੜੇ ਜਿਹੜੇ ਇਹ ਮਾਡਲ ਜਿਹੜੇ ਹੈਗੇ ਆ ਗੁਰਪ੍ਰੀਤ ਜੀ ਤੁਸੀਂ ਸਾਡਾ ਜ਼ਿਆਦਾ ਦੱਸ ਦੋਗੇ ਇਹ ਲੋਕ ਕਿਉਂ ਤਿਆਰ ਕਰਵਾਉਂਦੇ ਆ ਪੁਰਾਣਾ ਮਾਡਲ ਇਹ ਐਣੀ ਆਪਾਂ ਕਹਿੰਦੇ ਬੁਲਟ ਕੈਬ ਦੀ ਚੀਜ਼ ਆ ਇਹ ਕਦੇ ਵੀ ਮੈਂ ਬੁੱਢਾ ਨਹੀਂ ਹੋ ਸਕਦਾ ਇਹ ਓਲਡ ਇਜ਼ ਗੋਲਡ ਜਿਹਨੂੰ ਆਪਾਂ ਤਿਆਰ ਕਰਕੇ ਫਿਰ ਨਵਾਂ ਮੋਟਰਸਾਈਕਲ ਬਣ ਜਾਂਦਾ ਜੀ ਜਿਵੇਂ ਆਪਾਂ ਬ੍ਰੈਂਡ ਨਿਊ ਏਜੰਸੀ ਜੋ ਕਢਾ ਰਹੇ ਹਾਂ ਹੁਣ ਜਿਹੜੇ ਬਾਹਰ ਫੋਰਨ ਜਾ ਬੰਦੇ ਉਹਨਾਂ ਦੀ ਚੋਇਸ ਹੁੰਦੀ ਆ ਵੀ ਅਸੀਂ ਓਲਡ ਮਾਡਲ ਹੀ ਲੈਣਾ ਜੀ 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 ਬਾਕੀ ਨਵੇਂ ਤੇ ਘੱਟ ਥੋੜਾ ਕਰਦੇ ਜਿਹੜੇ ਨਵਾਂ ਨਿਊ ਮਾਡਲ ਆ ਜਿਹੜਾ ਜਿਹਨੇ ਫਸਟ ਟਾਈਮ ਲੈਣਾ ਉਹ ਨਵੇਂ ਮੋਟਰਸਾਈਕਲ ਲੈ ਰਹੇ ਆ ਜਿਨ੍ਹਾਂ ਨੇ ਪਹਿਲਾਂ ਸ਼ੁਰੂ ਤੋਂ ਰੱਖੇ ਆ ਉਹ ਪੁਰਾਣਾ ਮਾਡਲ ਹੀ ਚਲਾ ਰਹੇ ਗੋਲਡ ਜਿਵੇਂ ਤੁਹਾਡੀ ਬੈਕ ਸਾਈਡ ਤੇ ਮੋਟਰਸਾਈਕਲ ਕਾਫੀ ਖੜੇ ਆ ਇਹਨਾਂ ਮੋਟਰਸਾਈਕਲਾਂ ਦਾ ਕੋਈ ਨੰਬਰ ਲੱਗਿਆ ਹੋਇਆ ਕੰਮ ਕਰਨ ਵਾਸਤੇ ਕੋਈ ਸਰਵਿਸ ਵਾਲਾ ਕੋਈ ਆਪਾਂ ਇੰਜਨ ਦਾ ਕੰਮ ਕਰਨਾ ਜੀ ਇਹਨਾਂ ਨੂੰ ਟਾਈਮ ਦੇ ਕਿਸੇ ਨੂੰ 20 ਦਿਨਾਂ ਦਾ ਟਾਈਮ ਦਾ ਕਿਸੇ ਨੂੰ ਮਹੀਨੇ ਦਾ ਟਾਈਮ ਦਿੱਤਾ ਜੀ ਹਾਂ ਬਾਕੀ ਕਸਟਮਰ ਦੀ ਕੋਈ ਚੋਇਸ ਨਹੀਂ ਕੋਈ ਐਵੇਂ ਵੀ ਜਲਦੀ ਕੰਮ ਕਰਾਉਣਾ ਉਹਨੂੰ ਕਹਿੰਦੇ ਕੋਲ ਬੈਠ ਕੇ ਕਰਾਓ ਕੰਮ ਤੁਸੀਂ ਜੀ 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 ਜਿਹਨੂੰ ਜਲਦੀ ਹੁੰਦੀ ਉਹਨੂੰ ਕਹਿੰਦੇ ਕੋਲ ਬੈਠੋ ਤੇ ਕੋਲ ਕਰਾਓ ਜਲਦੀ ਆਪਦਾ ਕੰਮ ਬਿਲਕੁਲ ਬਿਲਕੁਲ ਹੋਰ ਉਸ ਟਾਈਮ ਕੰਮ ਟਾਈਮ ਦੇ ਅਕੋਰਡਿੰਗ ਉਹਨਾਂ ਨੂੰ ਦੇ ਦਿੱਤਾ ਜੀ ਤੇ ਜਿਸ ਤਰ੍ਹਾਂ ਤੁਹਾਡੇ ਕੋਲ ਵਹੀਕਲ ਖੜੇ ਆ ਤੇ ਮੈਨੂੰ ਲੱਗਦਾ ਤੁਹਾਡੇ ਕੋਲ ਬੰਦੇ ਕੰਮ ਕਰਨਾ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਥੋੜੇ ਪੈਂਦੇ ਹੋਣਗੇ ਨਹੀਂ ਮੁੰਡੇ ਆਪਣੇ ਕੋਲ ਹੈਗੇ ਜੀ 8 ਮੁੰਡੇ ਹੈਗੇ ਆਪਣੇ ਕੋਲ 4 ਮੁੰਡੇ ਪੁਰਾਣੇ ਰੱਖੇ ਹੋਏ ਆਪਣੇ ਅੱਛਾ ਅੱਛਾ ਕੋਈ 12 13 ਸਾਲ ਲੱਗਿਆ ਨੂੰ ਜੀ 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 ਹਾਂ ਤੇ ਜਿਹੜਾ ਤੁਹਾਡੇ ਫਾਦਰ ਸਾਹਿਬ ਨੇ 1975 ਦੇ ਵਿੱਚ ਮੰਗੇ ਸ਼ੌਪ ਸ਼ੌਪ ਕੀਤੀ ਜੀ ਉਹਨਾਂ ਨੇ ਸ਼ੌਪ ਕੀਤੀ ਜਾਨੀ ਹਾਂਜੀ ਤੇ ਉਹ ਵੀ ਹੁਣ ਤੁਹਾਡੇ ਨਾਲ ਬੈਠਦੇ ਇੱਥੇ ਆ ਗਏ ਨਹੀਂ ਫਾਦਰ ਸਾਹਿਬ ਹੁਣ ਘਰੇ ਹੁੰਦੇ ਹੀ ਹੁਣ ਮੈਂ ਕਿਤੇ ਸ਼ੌਂਕੀਆ ਕਿਤੇ ਜੀ ਕਰੇ ਆ ਜਾਂਦੇ ਹੀ ਤੇ ਦੇਖੋ ਇੱਕ ਹੁੰਦਾ ਕਈ ਵਾਰੀ ਪਿਤਾ ਨੇ ਨਾਮ ਕਮਾਇਆ ਹੁੰਦਾ ਬੇਟਾ ਉਹਨੂੰ ਮਗੇ ਅਗਾਂਹ ਚੱਲਦਾ ਤੇ ਮੇਰਾ ਖਿਆਲ ਆ ਵੀ ਮੈਂ ਤੁਹਾਡੇ ਫਾਦਰ ਸਾਹਿਬ ਨੂੰ ਕਾਫੀ ਦੇਰ ਦੇ ਜਾਣਦਾ ਪਰ ਤੁਸੀਂ ਪਹਿਚਾਣ ਬਣਾਈ ਆ ਕਾਫੀ ਜ਼ਿਆਦਾ ਗੁਣ ਜਿਹੜੇ ਹੈਗੇ ਆ ਗੁਣ ਤੁਸੀਂ ਕਿੱਥੋਂ ਲਏ ਫਾਦਰ ਸਾਹਿਬ ਤੋਂ ਲਏ ਮੈਂ ਸਟਾਰਟਿੰਗ ਮੈਂ ਸਨ 2000 ਦੇ ਵਿੱਚ ਜਦੋਂ ਸ਼ੌਪ ਤੇ ਆਇਆ ਜੀ 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 ਮੈਂ ਫਾਦਰ ਸਾਹਿਬ ਤੋਂ ਹੀ ਸਿੱਖਿਆ ਹੀ ਕੰਮ ਹਾਂ ਉਹਨਾਂ ਦੀ ਵਧੀਆ ਨੇਚਰ ਸੀ ਉਹਨਾਂ ਤੋਂ ਹੀ ਮੈਂ ਕੰਮ ਜਲਦੀ ਮੈਨੂੰ ਸਿੱਖ ਵੀ ਆਪਦੀ ਸ਼ੌਪ ਸੀ ਇਸ ਕਰਕੇ ਕੰਮ ਜਲਦੀ ਸਿੱਖ ਗਏ ਬਾਕੀ ਮੈਨੂੰ ਸ਼ੌਂਕ ਸੀ ਵੀ ਮੈਂ ਬੁਲਟ ਦਾ ਕੰਮ ਹੀ ਕਰਨਾ ਬਸ ਇਸ ਕਰਕੇ ਵੀ ਕਿਉਂਕਿ ਮੈਂ ਤੁਹਾਡੇ ਫਾਦਰ ਸਾਹਿਬ ਕੋਲ ਹੁੰਦਾ ਰਿਹਾ ਉਦੋਂ ਨਾ ਮੇਰੀ 50 ਸਾਲ ਤੋਂ ਉੱਪਰ ਉਮਰ ਹੈ ਤੇ ਉਦੋਂ ਉਹਨਾਂ ਕੋਲ ਪੀਲੇ ਜਿਹੇ ਮੋਟਰਸਾਈਕਲ ਹੁੰਦੇ ਠੀਕ ਹੋਣਾ ਜੀ ਉਹ ਐਣੇ ਉਦੋਂ ਪਹਿਲਾਂ ਮੋਟਰਸਾਈਕਲ ਘੱਟ ਹੁੰਦੇ ਸੀਗੇ ਸਰਕਾਰੀ ਮੋਟਰਸਾਈਕਲ ਹੁੰਦੇ ਪੀਲੇ ਜਿਹੇ ਜੀ 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 ਤੇ ਇਹ ਹੁਣ ਜਿਹੜੇ ਜਿਸ ਤਰ੍ਹਾਂ ਹੁਣ ਇਹਨਾਂ ਨੇ ਕਿਹਾ ਤੁਸੀਂ ਕਿੱਥੇ ਅਮਰੀਕਾ ਭੇਜਣਾ ਹੈ ਹਾਂਜੀ ਤੇ ਹੋਰ ਕਿਹੜੇ ਕਿਹੜੇ ਕੰਟਰੀਆਂ ਵਿੱਚ ਤੁਹਾਡੇ ਮੋਟਰਸਾਈਕਲ ਜਾਂਦੇ ਜੀ ਕੈਨੇਡਾ ਜਾ ਰਹੇ ਜੀ ਮੋਟਰਸਾਈਕਲ ਜੀ ਜੀ ਤੇ ਫਿਰ ਮੋਟਰਸਾਈਕਲ ਇਹ ਤੁਸੀਂ ਕਿੰਨੇ ਦੱਸਿਆ ਕਿੰਨੇ ਦਾ ਤਿਆਰ ਹੋਇਆ ਸੀਗਾ ਤੁਸੀਂ ਕਿੰਨੇ ਦਾ ਲਿਆ ਸੀ ਪਹਿਲੇ ਪੁਰਾਣਾ 1,00,000 ਰੁਪਏ ਦਾ 1,00,000 ਰੁਪਏ ਦਾ ਕਿੰਨੇ ਪੈਸੇ ਲੱਗ ਗਏ ਪ੍ਰਸਾਦ ਇਹਦੇ 80-85,000 ਰੁਪਏ ਲੱਗੇ 80-85,000 ਤੇ ਬਾਹਰ ਭੇਜਣ ਦੇ ਆਈਡੀਆ ਕਿੰਨੇ ਪੈਸੇ ਲੱਗਣੇ ਇਹਦੇ ਇੰਨਾ ਕੁ ਆਈਡੀਆ ਕੋਈ 80-85,000 ਉਹਨਾਂ ਨੇ ਦੱਸਿਆ ਜੀ 85,000 ਰੁਪਏ ਲੱਗੂਗਾ ਅੱਛਾ ਜੀ ਚਲੋ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਅਸੀਂ ਬਹੁਤ ਸੁਣਿਆ ਸੀ ਤੁਹਾਡੀਆਂ ਸਟੋਰੀਆਂ ਬੜੀਆਂ ਦੇਖੀਆਂ ਸੀ ਅੱਜ ਤੁਹਾਡੇ ਦਰਸ਼ਨ ਵੀ ਅਸੀਂ ਕਰ ਲਏ ਆ ਤੇ ਬਾਈ ਜੀ ਤੁਸੀਂ ਕਿੱਥੋਂ ਇਹ ਕਿੱਥੇ ਗਾ ਫਿਰੋਜ਼ਪੁਰ ਕੋਲ ਤੁਸੀਂ ਪਹਿਲੀ ਵਾਰੀ ਆਏ ਕਿ ਅੱਗੇ ਵੀ ਆਏ ਇਹਨਾਂ ਕੋਲ ਪਹਿਲੀ ਵਾਰੀ ਆਏ ਤੁਸੀਂ ਤੁਹਾਨੂੰ ਕਿੱਥੋਂ ਪਤਾ ਲੱਗਿਆ ਇਹਨਾਂ ਦਾ ਵੀਡੀਓ ਸਟੋਰੀਆਂ ਹੀ ਦੇਖ ਕੇ ਪਤਾ ਲੱਗਿਆ ਬਿਲਕੁਲ ਬਿਲਕੁਲ ਆ ਸੋਸ਼ਲ ਮੀਡੀਆ ਵੀ ਇੱਕ ਬਹੁਤ ਵੱਡੀ ਚੀਜ਼ ਹੈ ਨਾ ਬਾਈ ਜੀ ਤੁਸੀਂ ਕਿੱਥੋਂ ਢਿਲਮਾ ਤੋਂ ਆ ਪਰ ਤੁਸੀਂ ਤਾਂ ਅਕਸਰ ਇੱਥੇ ਆਉਂਦੇ ਰਹਿੰਦੇ ਹੋਵੋਗੇ ਹਾਂਜੀ ਮੈਂ ਉਹਨਾਂ ਦਾ ਭਤੀਜੇ ਹਾਂ ਠੀਕ ਹੈ ਚਲੋ ਹੋਰ ਵੀ ਅਸੀਂ ਕਸਟਮਰ ਨਾਲ ਗੱਲਬਾਤ ਕਰਦੇ ਹਾਂ ਬਾਈ ਜੀ ਤੁਸੀਂ ਕਿੱਥੋਂ ਮੱਤਾ ਪਿੰਡ ਆ ਜੀ ਮੱਤਾ ਪਿੰਡ ਆ ਜਿਸ ਫਰੀਦਕੋਟ ਹੀ ਆ ਤੁਸੀਂ ਬਾਈ ਕਿੱਥੋਂ ਅਸੀਂ ਮੁਕਸਰ ਤੋਂ ਆਏ ਜੀ ਮੁਕਸਰ ਤੋਂ ਹਾਂ ਜੀ ਪਹਿਲੀ ਵਾਰੀ ਆਏ ਹੋ ਕਿ ਨਹੀਂ ਜੀ ਬਾਈ ਤੋਂ ਕੰਮ ਕਰਾਇਆ ਸੀ ਬੁਲਟ ਦਾ ਇੰਜਨ ਦਾ ਅੱਛਾ ਜੀ ਅੱਗੇ ਵੀ ਕਰਾਉਂਦੇ ਨੇ ਅੱਗੇ ਵੀ ਕਰਾਉਂਦੇ ਨੇ ਤੇ ਉੱਥੇ ਵੈਸੇ ਤੁਹਾਡੇ ਮੋਟਰਸਾਈਕਲ ਵਾਲੇ ਮਿਸਤਰੀ ਤਾਂ ਬਹੁਤ ਹੋਣਗੇ ਇੱਥੇ ਮੁਕਸਰ ਮਿਸਤਰੀ ਤਾਂ ਬਹੁਤ ਆਈ ਪਰ ਤਸੱਲੀ ਇੱਥੇ ਆ ਕੇ ਹੁੰਦੀ ਆ ਬਿਲਕੁਲ ਬਿਲਕੁਲ ਬਾਈ ਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਮੋਗੇ ਤੋਂ ਜੀ ਮੋਗੇ ਤੋਂ ਹਾਂਜੀ ਕਿੰਨੀ ਵਾਰੀ ਆਏ ਤੁਸੀਂ ਅਸੀਂ ਆਉਂਦੇ ਰਹਿੰਦੇ ਹਾਂ ਜੀ ਇੱਥੇ ਕਰਾਉਣੇ ਕੰਮ ਮੋਗੇ ਤਾਂ ਮੈਂ ਕਿਹਾ ਮੁਕਸਰ ਨਾਲ ਜ਼ਿਆਦਾ ਮਿਸਤਰੀ ਹੋਣਗੇ ਹਾਂਜੀ ਮਿਸਤਰੀ ਤਾਂ ਬਹੁਤ ਆ ਪਰ ਤਸੱਲੀ ਬਖਸ਼ ਇੱਥੇ ਹੀ ਹੁੰਦਾ ਜੀ ਬਿਲਕੁਲ ਚਲੋ ਹੋਰ ਵੀ ਅਸੀਂ ਕਸਟਮਰ ਗੱਲਬਾਤ ਕਰਦੇ ਹਾਂ ਬਾਈ ਜੀ ਤੁਸੀਂ ਕਿੱਥੋਂ ਆਕਲੀ ਕਿਤੋਂ ਜੀ ਆਕਲੀਆ ਹਾਂਜੀ ਬਠਿੰਡੇ ਕੋਲੇ ਬਠਿੰਡੇ ਕੋਲੇ ਹਾਂਜੀ ਤੁਸੀਂ ਵੀ ਇੱਥੇ ਮੋਟਰਸਾਈਕਲ ਦਾ ਕੰਮ ਕਰਾਉਣ ਵਾਸਤੇ ਹਾਂਜੀ ਹਾਂਜੀ ਕਿੰਨੀ ਵਾਰੀ ਆਏ ਤੁਸੀਂ
ਆਉਂਦੇ ਰਹਿੰਦੇ, ਭਰਾ ਨਾਲ ਪ੍ਰੇਮ ਹੀ ਬਹੁਤ ਹੈ ਜੀ। ਜੀ 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 ਹਾਂਜੀ, ਚਲੋ ਅਸੀਂ ਹੋਰ ਵੀ ਕਸਟਮਰ ਨਾਲ ਕਰਦੇ ਹਾਂ ਗੱਲਬਾਤ, ਥੋੜ੍ਹਾ ਤੁਸੀਂ ਇੰਟਰਡਕਸ਼ਨ ਕਰਵਾ ਦਿਓ ਕਸਟਮਰਾਂ ਨਾਲ, ਇੰਟਰਡਕਸ਼ਨ ਕਰਵਾ ਦਿਓ। ਮੋਗੇ ਤੋਂ ਤੁਸੀਂ ਕਿੰਨਵੀਂ ਵਾਰੀ ਆਏ ਤੁਸੀਂ? ਬਹੁਤ ਵਾਰੀ ਆ ਚੁੱਕੇ। ਅੱਛਾ ਜੀ, ਉਹ ਅੱਗੇ ਬਾਈ ਜੀ ਦੂਜੇ ਮੋਗੇ ਤੋਂ, ਉਹਨਾਂ ਨੂੰ ਮੈਂ ਕਿਹਾ ਤੁਹਾਡੇ ਮਕੈਨਿਕ ਤਾਂ ਉੱਥੇ ਬਹੁਤ ਆਉਣਗੇ। ਹਾਂਜੀ ਜੀ ਬਹੁਤ ਹੈਗੇ। ਇੱਥੇ ਤੁਹਾਨੂੰ ਕੀ ਖਾਸੀਅਤ ਲੱਗੀ? ਇੱਥੇ ਕੰਮ ਵਧੀਆ ਹੁੰਦਾ ਵੀਰਾਂ ਦਾ। ਅੱਛਾ ਜੀ, ਵਧੀਆ ਲੱਗਦਾ ਕੰਮ, ਬਾਕੀ ਭਰੋਸੇ ਵਾਲੀ। ਬਿਲਕੁਲ ਬਿਲਕੁਲ, ਜੇ ਆਮ ਵੈਸੇ ਆਪਾਂ ਵਰਬਲੀ ਜੇ ਗੱਲ ਕਰੀਏ ਤੇ 100 ਕੋ ਮਕੈਨਿਕ ਤਾਂ ਹੋਊਗਾ ਮੋਗੇ, ਕਿਉਂਕਿ ਬਹੁਤ ਵੱਡਾ ਹੈ ਵੱਧ ਹੀ ਆ ਜੀ। ਬਿਲਕੁਲ ਬਿਲਕੁਲ। ਦੂਸਰੇ ਕਸਟਮਰ ਬਾਈ, ਤੁਸੀਂ ਕਿੱਥੋਂ? ਮੋਗੇ ਤੋਂ ਹੀ? ਤੁਸੀਂ ਮੋਗੇ ਤੋਂ ਹੀ ਆ? ਓਕੇ ਓਕੇ। ਇਹ ਕਿੱਥੋਂ ਜੀ? ਤੁਸੀਂ ਫਿਰੋਜ਼ਪੁਰ ਤੋਂ ਹੈ? ਅਤੇ ਕੀ ਕਿੰਨੀ ਵਾਰੀ ਤੁਸੀਂ ਇੱਥੇ ਆ ਚੁੱਕੇ ਹੋ? ਅਸੀਂ ਪਹਿਲੀ ਵਾਰੀ ਆਏ ਹਾਂ ਇੱਥੇ। ਤੁਹਾਨੂੰ ਕਿੱਥੋਂ ਪਤਾ ਲੱਗਾ, ਕਿੱਥੋਂ ਸੁਣਿਆ ਤੁਸੀਂ? ਅਸੀਂ ਇੰਸਟਾ 'ਤੇ ਚੈੱਕ ਕਰ ਰਹੇ ਸੀ, ਬਾਈ ਨੇ ਰੀਲ ਲਾਈਆਂ ਬਹੁਤ ਜ਼ਿਆਦੀਆਂ ਉੱਥੇ, ਉੱਥੋਂ ਦੇਖ ਕੇ ਫਿਰ ਅਸੀਂ ਰਾਤ ਦੇਖੀਆਂ, ਫਿਰ ਅਸੀਂ ਸੁਬਹਾ ਇੱਥੇ ਆ ਗਏ ਕੋਟਕਪੁਰੇ। ਜੀ ਜੀ ਜੀ। ਅਤੇ ਟਾਈਮ ਤੁਹਾਨੂੰ ਫਿਰ ਮਿਲ ਗਿਆ ਨਾਲ ਦੀ ਨਾਲ? ਹਾਂਜੀ ਹਾਂਜੀ, ਨਾਲ ਦੀ ਨਾਲ ਮਿਲ ਗਏ। ਵੈਸੇ ਤਾਂ ਟਾਈਮ ਥੋੜ੍ਹਾ ਘੱਟ ਹੀ ਮਿਲਦਾ ਨਾ ਨਾਲ? ਹਾਂਜੀ ਹਾਂਜੀ, ਇਹਨਾਂ ਬਾਕੀ ਕਸਟਮਰ ਬਹੁਤ ਆਉਂਦੇ ਇੱਥੇ। ਜੀ 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 ਹਾਂਜੀ ਹਾਂਜੀ। ਅਤੇ ਹੁਣ ਲੱਗਦਾ ਤੁਹਾਨੂੰ ਵੀ ਤਸੱਲੀ ਤੁਹਾਡੀ ਹੋਊਗੀ ਪੂਰੀ ਕੰਮ ਕੁੰਮ ਦੇ? ਹਾਂਜੀ ਹਾਂਜੀ, ਤਸੱਲੀ ਪੂਰੀ ਹੈ। ਜੀ ਜੀ ਜੀ। ਬਾਜੀ ਤੁਸੀਂ ਕਿੱਥੋਂ? ਫਾਜ਼ਿਲਕਾ ਤੋਂ ਜੀ। ਫਾਜ਼ਿਲਕਾ ਤੋਂ? ਹਾਂਜੀ। ਕਿੰਨੀ ਵਾਰੀ ਆਏ ਤੁਸੀਂ? ਮੈਂ ਆਪਣੇ ਬਾਈ ਕੋਲ ਆਉਂਦੇ ਰਹਿੰਦੇ, ਬਾਈ ਨਾਲ ਪਿਆਰ ਆ, ਬਾਈ ਨਾਲ ਸਮਾਜ ਸੇਵੀ ਬੰਦੇ, ਆਏ ਬਲੱਡ ਬੈਂਕ ਕੈਂਪ ਵਗੈਰਾ ਲਾਉਂਦੇ ਰਹਿੰਦੇ ਆ। ਜੀ ਜੀ ਜੀ। ਹੈਲਥ ਡਿਪਾਰਟਮੈਂਟ 'ਚ ਬਾਈ ਨਾਲ ਤਾਂ ਹੀ ਮੁਲਾਕਾਤ ਰਹਿੰਦੀ, ਬਾਈ 'ਚ ਭਾਈਚਾਰਾ ਆਪਣਾ। ਅੱਛਾ, ਤੇ ਕੰਮ ਕੁੰਮ ਵੀ ਕਰਾਉਣ ਵਾਸਤੇ ਸਾਰੇ ਨੇ? ਕੰਮ ਕਰਾਉਣ ਹੀ ਆਉਂਦੇ ਨੇ, ਵੈਸੇ ਵੀ ਬਾਈ ਨਾਲ ਬਹੁਤ ਪਿਆਰ ਆ। ਜੀ ਜੀ ਜੀ। ਹਾਂਜੀ, ਧੰਨਵਾਦ ਬਾਈ। ਤੁਸੀਂ ਕਿੱਥੋਂ ਆਏ ਹੋ? ਮੈਂ ਮੁਕਤਸਰ ਤੋਂ। ਮੁਕਤਸਰ ਤੋਂ ਜੀ। ਉਹ ਬਾਈ ਜੀ ਦੂਜੇ ਮੁਕਤਸਰ ਤੋਂ ਹੀ ਆਏ ਆ? ਹਾਂਜੀ। ਤੁਸੀਂ ਕਿੰਨਵੀਂ ਵਾਰੀ ਆ ਗਏ ਉਹਨਾਂ ਕੋਲ ਕੰਮ ਕਰਾਉਣ ਵਾਸਤੇ? ਬਹੁਤ ਵਾਰੀ, ਸ਼ੁਰੂ ਤੋਂ ਹੀ ਇੱਥੇ ਆਈਦਾ। ਪਹਿਲਾਂ ਮੁਕਤਸਰੋਂ ਕਰਾਈਦਾ ਸੀਗਾ। ਅੱਛਾ ਜੀ। ਕੰਮ ਜਜਾਣੀਗਾ। ਹਾਂਜੀ। ਜਦੋਂ ਦੇ ਇੱਥੇ ਆਉਣ ਲੱਗਿਆ ਉਦੋਂ ਤੇ ਜੁੜੇ ਹੋਏ ਆ ਬਾਈ ਜੀ ਨਾਲ। ਬਿਲਕੁਲ ਜੀ। ਸੋ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੀ ਗੱਲ ਤਾਂ ਹੈ ਵੱਖਰੀ, ਪਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜਾ ਹੈਗਾ ਇੱਥੇ ਲੋਕ ਜਿਹੜੇ ਹੈਗੇ ਉਹਨਾਂ ਦੀ ਤਸੱਲੀ ਹੁੰਦੀ ਹੈ, ਇੱਥੇ ਕੰਮ ਕਰਾਉਣ ਵਾਸਤੇ ਆਉਂਦੇ ਆ। ਔਰ ਬਾਈ ਜੀਆਂ ਤੋਂ ਅਸੀਂ, ਗੁਰਪ੍ਰੀਤ ਜੀਆਂ ਤੋਂ ਟਾਈਮ ਵੀ ਬੜੀ ਮੁਸ਼ਕਲ ਨਾਲ ਲਿਆ ਸੀ, ਇਹਨਾਂ ਤੋਂ ਟਾਈਮ ਮੰਗਦੇ ਨੂੰ ਕਾਫੀ ਦੇਰ ਹੋ ਗਈ ਸੀ, ਪਰ ਇਹ ਕਹਿੰਦੇ ਸੀ ਕਿ ਮੇਰੇ ਕੋਲ ਸਮਾਂ ਨਹੀਂ ਹੈ, ਪਰ ਇਹਨਾਂ ਨੇ ਸਮਾਂ ਦਿੱਤਾ ਸਾਨੂੰ ਕੀਮਤੀ। ਔਰ ਸਾਡਾ ਮੇਨ ਇਹੀ ਸੀਗਾ ਕਿ ਕੀ ਖਾਸੀਅਤ ਹੈ, ਕਿਉਂਕਿ ਕਹਿੰਦੇ ਆ ਕਿ ਦੇਸ਼ਾਂ ਵਿਦੇਸ਼ਾਂ 'ਚ ਸਾਨੂੰ ਸੁਣਿਆ ਸੀਗਾ ਕਿ ਇਹਨਾਂ ਦੇ ਮੋਟਰਸਾਈਕਲ ਜਾਂਦੇ ਆ ਅਤੇ ਲੋਕ ਰਿਪੇਅਰ ਕਰਾਉਣ ਵਾਸਤੇ ਵੀ ਆਉਂਦੇ ਆ, ਪਰ ਖਾਸੀਅਤ ਅਸੀਂ ਜਿਹੜੇ ਇੱਥੇ ਲੋਕ ਜਿਹੜੇ ਕੰਮ ਕਰਾਉਣ ਵਾਸਤੇ ਆਏ ਆ ਉਹਨਾਂ ਤੋਂ ਪਤਾ ਲੱਗਿਆ ਕਿ ਵਾਕਿਆ ਹੀ ਇਹਨਾਂ ਦੇ ਵਿੱਚ ਕੁਛ ਐਕਸਟਰਾ ਤਾਂ ਜ਼ਰੂਰ ਹੈ। ਬਾਈ ਜੀ ਕਿੱਥੋਂ ਆਏ ਤੁਸੀਂ? ਮੁਕਤਸਰ ਤੋਂ। ਮੁਕਤਸਰ ਤੋਂ ਕੀ ਮੋਟਰਸਾਈਕਲ ਠੀਕ ਕਰਾਉਣ ਵਾਸਤੇ ਆਏ? ਤਿੰਨੋ ਹੀ ਮੋਟਰਸਾਈਕਲ? ਦੋ ਮੋਟਰਸਾਈਕਲ ਆ ਮੁਕਤਸਰ ਤੋਂ। ਬਾਈ ਜੀ ਪਹਿਲਾਂ ਵੀ ਦੋ ਕਸਟਮਰ ਇਹਨਾਂ ਕੋਲ ਆਏ ਹੋਏ ਆ। ਤੁਸੀਂ ਕਿੰਨਵੀਂ ਵਾਰੀ ਇਹਨਾਂ ਕੋਲ ਆ ਚੁੱਕੇ ਹੋ? ਮੈਂ ਦੂਜੀ ਤੀਜੀ ਵਾਰ ਆ ਚੁੱਕਿਆ। ਕੀ ਲੱਗਦਾ ਤੁਹਾਨੂੰ, ਕਿਉਂਕਿ ਤੁਹਾਡੇ ਉੱਥੇ ਮਕੈਨਿਕ ਉੱਥੇ ਹੀ ਬਹੁਤ ਹੈ, ਇੱਥੇ ਐਕਸਟਰਾ ਕੀ ਲੱਗਦਾ ਤੁਹਾਨੂੰ? ਇਸ ਫਰਕ ਆਈ ਜਾਂਦਾ ਕੰਮ ਵਧੀਆ ਕਰਕੇ ਦਿੰਦੇ, ਵਧੀਆ ਕਰਦੇ ਹਾਂ। ਅਤੇ ਦੱਸਦੇ ਆ ਕਿ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਸਾਰੇ ਕਿਤੇ ਜਾਂਦੇ ਮੋਟਰਸਾਈਕਲ, ਇਹ ਤੁਹਾਨੂੰ ਪਤਾ ਇਸ ਚੀਜ਼ ਦਾ? ਹਾਂਜੀ ਹਾਂਜੀ, ਸਾਰੇ ਪੰਜਾਬ ਤੋਂ ਹੀ ਆਉਂਦੇ ਜੀ ਇਹਨਾਂ ਕੋਲ, ਸਾਰੇ ਪੰਜਾਬ ਦੇ ਆਉਂਦੇ। ਅਤੇ ਸ਼ੁਰੂਆਤ ਤੋਂ ਤੁਹਾਨੂੰ ਕਿੱਥੋਂ ਪਤਾ ਲੱਗਿਆ ਸੀ ਵੀ ਇੱਥੇ ਰਿਪੇਅਰ ਦਾ ਕੰਮ ਵੀ ਕਰਦੇ ਆ? ਤਾਂ ਜੀ ਇੱਥੇ ਬਹੁਤ ਟਾਈਮ ਦਾ ਕੰਮ ਆ ਵੀਰੇ ਹੋਰਾਂ ਦਾ। ਜੀ ਜੀ, ਟਾਈਮ ਤੋਂ ਕੰਮ ਕਰਦੇ ਆ ਜੀ। ਜੀ ਜੀ ਜੀ, ਅੱਜ ਦਾ ਨਹੀਂ ਕਰਦੇ, ਹੋ ਗਏ ਇਹਨਾਂ ਨੂੰ ਘੱਟੋ ਘੱਟ 10-12 ਸਾਲ ਕਰਦੇ। 10-12 ਸਾਲ ਮਗਰ ਕਾਫੀ ਦੇਰ ਦੇ ਜਾਂਦੇ ਹਾਂ ਜੀ। ਬਾਈ ਜੀ ਤੁਸੀਂ ਕੀ ਰਿਪੇਅਰ ਕਰਾਉਣ ਵਾਸਤੇ ਆਏ? ਅਸੀਂ ਬਲਟ ਦੀ ਰਿਪੇਅਰ ਕਰਾਉਣ ਵਾਸਤੇ। ਕਿਹੜਾ ਪਿੰਡ ਤੁਹਾਡਾ? ਫਲੂਰਾ ਪਿੰਡ ਹੈ ਸਾਡਾ। ਫਲੂਰ ਪਿੰਡ, ਫਰੀਦਕੋਟ, ਡਿਸਟ੍ਰਿਕਟ ਫਰੀਦਕੋਟ। ਹਾਂਜੀ। ਕਿੰਨੀ ਦੇਰ ਦਾ ਆ ਰਹੇ ਤੁਸੀਂ ਇੱਥੇ? ਅਸੀਂ 2007 ਤੋਂ ਆ ਰਹੇ ਹਾਂ ਜੀ। ਸਾਡੇ ਪਿੰਡ ਕਾਫੀ ਮੇਜਰ ਪ੍ਰੋਬਲਮ, ਬੁਲਟ ਮੋਟਰ ਕਮਾਂਡ ਹੋਈ ਸੀ ਉਦੋਂ ਦੇ ਸਾਰੇ ਮੁੰਡੇ ਇਹਦੇ ਕੋਲ ਹੀ ਆਉਂਦੇ ਸ਼ੁਰੂ ਤੋਂ ਹੀ। ਸ਼ੁਰੂ ਤੋਂ ਹੀ? ਪਰ ਤੁਸੀਂ ਇਹਨਾਂ ਦੇ ਫਾਦਰ ਕੋਲੋਂ ਕੰਮ ਕਰਾਉਂਦੇ ਹੋਗੇ ਪਹਿਲਾਂ? ਹਾਂਜੀ ਹਾਂਜੀ, ਪਹਿਲਾਂ ਇਹਨਾਂ ਤੋਂ ਮੁੜ ਕੇ ਫਿਰ ਹੁਣ ਇਹਦੇ ਮੁੰਡੇ ਨਾਲ ਆਪਣਾ ਸਹਿਚਾਰ ਬਣਾਇਆ। ਕੀ ਖਾਸੀਅਤ ਤੁਹਾਨੂੰ ਕੀ ਲੱਗੀ ਹੈ? ਕਿਉਂਕਿ ਇਹ ਚੀਜ਼ ਹਰੇਕ ਨੂੰ ਹੀ ਪੁੱਛਦੇ ਆ। ਹਾਂਜੀ, ਖਾਸੀਅਤ ਇਹ ਜੀ, ਸਰਵਿਸ ਬਹੁਤ ਹੈ, ਇੱਕ ਸਟਾਰਟਿੰਗ ਜੋ ਆਵਾਜ਼ ਬੂਝ ਬਣਾਉਂਦੇ ਆ, ਜਾਣੀ ਕਿ ਇਹਨਾਂ ਨਾਲ ਦੀ ਹੋਰ ਕਿਸੇ ਤੋਂ ਬਣਦੀ ਨਹੀਂ। ਇਹ ਜਿਵੇਂ ਇੱਥੇ ਹੱਥ ਜੇ ਨਾਲ ਸਟਾਰਟ ਕਰ ਦਿੰਦੇ ਆ, ਘਰੇ ਵੀ ਉਵੇਂ ਹੋ ਜਾਂਦਾ? ਹਾਂਜੀ ਹੋ ਜਾਂਦਾ। ਕਿ ਇੱਥੇ ਉਵੇਂ ਕਰਕੇ ਵਿਖਾ ਦਿੰਦੇ? ਨਹੀਂ ਨਹੀਂ ਜੀ, ਹੋ ਜਾਂਦਾ ਜੀ, ਜਿਹੜਾ ਕੰਮ ਇਹਨਾਂ ਨੇ ਕਰਤਾ ਐਨ ਪ੍ਰੋਪਰ, ਜਿਹੜਾ ਇੱਥੇ ਕਰਕੇ ਵਿਖਾਇਆ ਉਹੀ ਘਰੇ ਹੋਊਗਾ ਜੀ ਆ ਕੇ। ਜਿਵੇਂ ਕਈ ਨਹੀਂ ਵੀ ਇੱਥੇ ਇਹਨਾਂ ਨੇ ਸਟਾਰਟ ਕਰਕੇ ਵਿਖਾਤਾ, ਹੱਥ ਨਾਲ ਘਰੇ ਹੁੰਦਾ ਹੀ ਨਹੀਂ, ਹੋ ਜਾਂਦਾ ਘਰੇ ਵੀ ਹੋ ਜਾਂਦਾ ਜੇ ਕਰਨਾ ਤਾਂ ਕਰਦੇ, ਕਿਉਂਕਿ ਆਪਾਂ ਕਰਦੇ ਨਹੀਂ ਕਰਦੇ ਨਹੀਂ ਵੈਸੇ, ਕਿਉਂਕਿ ਇਹਨਾਂ ਦੀ ਸੈਟਿੰਗ ਹੀ ਇਹ ਜੀ, ਮਤਲਬ ਕਿ ਵੀ ਮਾੜੇ ਨਾਲ ਸਟਾਰਟ ਹੋ ਜਾਂਦਾ। ਹਾਂਜੀ 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 ਹਾਂਜੀ, ਇਹ ਜੀ ਨਹੀਂ ਵੀ ਘਰੇ ਜਾ ਕੇ ਕੋਈ ਪਰੇਸ਼ਾਨੀ ਆਊਗੀ ਵੀ ਜੇ ਉਹ ਕਰਨਗੇ ਕੰਮ, ਜਿਹੜਾ ਇੱਥੇ ਕੀਤਾ ਉਹੀ ਤੁਹਾਨੂੰ ਗਾਂਹ ਜਾ ਕੇ ਵੀ ਵੀ ਚਾਲੂ ਜਿਹਾ ਕੰਮ ਨਹੀਂ। ਹਾਂਜੀ, ਨਾ ਨਾ ਚਾਲੂ ਜਿਹਾ ਕੰਮ ਨਹੀਂਗਾ, ਤਸੱਲੀ ਬਖਸ਼ ਕੰਮ ਕਰਦੇ ਪੂਰਾ। ਕੈਮਰਾ ਪਰਸਨ ਨਿਤਿਨ ਦੇ ਨਾਲ